ਮੈਨੂੰ ਅਜੇ ਤੱਕ ਚੇਜ਼ ਹੈ, ਪਹਿਲੇ ਦੋ ਤਾੜੀ ਅੱਡੇ ਤੇ ਮੈਂ ਕਸਰ ਨੂੰ ਪੁੱਛਿਆ ਮੇਰੀ ਵਾਰੀ ਹੈ ਕਿ ਮੈਂ ਜੀ ਵਕਤ ਕਿੰਨਾ ਲਾਉਣਾ, ਮੇਰੇ ਕਹਿੰਦਾ ਸ਼ੁਰੂ ਕਰੇ ਮੁੰਡੇ ਸੌਦਾ ਫਿਰ ਤਾਂ ਵੇਖ ਕੇ ਗੱਲ ਕਰਾਂਗਾ। ਅਸੀਂ ਪਹਿਲਾਂ ਗੁਰਬਾਣੀ ਦਾ ਸ਼ਬਦ ਪੜ੍ਹਿਆ, ਫਿਰ ਮੋਹਿਆ ਸ਼ੇਰ ਪੰਜਾਬ ਦਾ ਜਗ ਪਿਆ ਕਹਾਰਾ ਅਤੇ ਸ਼ੁਰੂ ਕੀਤਾ। ਸਾਰਾ ਰੋਣ ਕਰ ਰਹਾ ਹੁੰਦਾ ਸੀ, ਸਿਲਸਾ ਸੀ ਹੋਰ ਸੀ, ਕੋਈ ਇੱਕ ਅੱਖ ਵੀ ਨਹੀਂ ਸੀ ਜਿਹੜੀ ਨਾ ਰੋ ਰਹੀ ਹੋਵੇ। ਜਦੋਂ ਮੇਰੇ ਵਾਰ ਪਾਈ ਛੇ ਖੇਡਦੇ ਪ੍ਰਤਾਪ ਸੀ ਬਾਲਕ ਰੂਪ ਅਪਾਰ ਮਹਾਰਾਜ ਸ਼ੇਰ ਸਿੰਘ ਦਾ ਲੜਕਾ, ਦੋ ਅੰਗਰੇਜ਼ਾਂ ਦੀਆਂ ਲਿਖਤਾਂ ਮੈਂ ਪੜ੍ਹੀਆਂ ਨੇ, ਉਹਨਾਂ ਦੇ ਸਾਰੇ ਇੰਗਲੈਂਡ ਵਿੱਚ ਉਹਦੇ ਵੇਲੇ ਖੂਬਸੂਰਤ ਔਰ ਸਮਝਦਾਰ ਲੜਕਾ ਕੋਈ ਸੀ। ਸੰਧਾ ਬਾਈ ਉਹਦਾ ਸਿਰ ਲਾ ਲਿਆ, ਮੇਘੇ 'ਤੇ ਟਾਂਕੇ ਕਿਲੇ 'ਚ ਗਏ, ਲੋਕਾਂ ਦੀ ਉੱਥੇ ਕੁੱਭਾਂ ਨਿਕਲ ਗਈ, ਮੰਤਰੀ ਬੈਠੇ ਲੋਕ ਜਾ ਰਹੇ ਨੇ, ਕੋਈ ਇੱਕ ਅੱਖ ਵੀ ਨਹੀਂ ਸੀ ਜਿਹੜੀ ਰੋ ਨਾ ਰਹੀ ਹੋਵੇ, ਗੱਲ ਹੀ ਰੋਣ ਵਾਲੀ ਸੀ। ਅਖੀਰ 'ਤੇ ਜਾ ਕੇ ਭਾਈ ਪੀਰ ਸਿੰਘ ਨੂੰ ਨੰਗਾ ਪਾ ਦੀਏ ਦੇ ਅਸਾਂ 3 ਘੰਟੇ ਬੋਲ ਰਹੇ ਹਾਂ, ਉਹ ਜਵਾਨੀ ਸੀ। 3 ਘੰਟੇ ਰੋਕਿਆ ਨਹੀਂ ਫਿਰ ਕਿਸੇ, ਫਿਰ ਰੋਕਣਾ ਕਿਸੇ ਕਿਸੇ, ਆਪਣੇ ਆਪ ਦਾ ਗਿਆਨ ਹੀ ਕਿਸੇ ਨੂੰ ਨਹੀਂ ਸੀ, ਉਸੇ ਗੱਲ 'ਚ ਸਾਰੇ ਲੀਨ ਸਨ। ਮੰਤਰੀ ਰੋਈ ਬੈਠੇ, ਮੈਂ ਉੱਥੇ ਲਿਜਾ ਕੇ ਖਤਮ ਕੀਤਾ, ਮੰਤਰਾਂ ਨੇ ਇਸ਼ਾਰਾ ਕੀਤਾ, ਨਾ ਪਤਾ ਪੁੱਛ ਕੇ ਤੂੰ ਅੱਜ ਨਹੀਂ ਜਾਣਾ। ਮੈਂ ਭਲਕੇ ਰਾਤ ਨੂੰ ਤੱਕ ਫਿਰ ਹੀ ਵਾਰ ਸੁਣਨੀ, ਆਪਣੇ ਸਿਰ ਨੂੰ ਕਹਿੰਦੇ ਗੁਰਦੁਆਰੇ ਦੇ ਉੱਪਰ ਇਹਨਾਂ ਦੇ ਖਾਣ ਪੀਣ ਦਾ ਅਤੇ ਮੰਜੇ ਵਿਸਰੇ ਦਾ ਕਰ ਲਈ ਪ੍ਰਬੰਧ। ਜਿਹੜੇ 3-4 ਪਿੰਡ ਦੇ ਗਏ ਸੀ ਉਹਨਾਂ 'ਚ ਗਿਆ, ਉਹ ਬੇਨ ਸਿੰਘ ਨੇ ਮੈਨੂੰ ਜੱਫੀ 'ਚ ਲੈ ਲਿਆ। ਬਿਸ਼ਨ ਸਿੰਘ ਕੌਣ ਸੀ? ਚਾਚਾ ਲੱਗਦਾ ਸੀ ਦੂਰੋਂ, ਜਾਇਦਾਦ ਕੋਈ ਨਹੀਂ ਸੀ, ਬਦਮਾਸ਼ ਚੋਟੀ ਦਾ ਸੀ, 6 ਫੁੱਟ ਕੱਦ। ਇੱਕ ਵਾਰ ਥਾਣੇਦਾਰ ਆ ਗਿਆ ਪਿੰਡ 'ਚ, ਕਿਤੇ ਨਾਜਾਇਜ਼ ਬੰਦੂਕ ਮੋਢੇ 'ਤੇ ਪਾ ਕੇ ਗਿਆ, ਬਿਸ਼ਨ ਸਿੰਘ ਬੰਦੂਕ ਰੱਖਦੇ ਜਿਹੜੇ ਕਰਕੇ ਸਿੱਧੀਆਂ ਦਾ ਆ ਜਾ, ਉਹਦੀ ਸਮਝਾਇਆ ਬਲਾ ਨੂੰ ਨਾ ਮਤਲਬ ਇਹਨਾਂ ਦਿਲੇ ਜਾਇਦਾਦ ਕੋਈ ਨਹੀਂ ਸੀ ਕੋਈ ਨਾ ਵਾਤਰੀ। ਮੈਨੂੰ ਜੱਫੀ 'ਚ ਲੈ ਕਹਿੰਦਾ ਸੁਣ ਲਾ ਭਾਈ, ਤੇਰਾ ਸਾਰਾ ਉਦਾੜਾ ਮੈਂ ਕਰਾਉਂਦਾ ਸਾਂ ਤੇਰੇ ਚਾਚੇ ਦੇ ਆਖੀ 'ਤੇ ਲੱਗ ਕੇ, ਪਿੰਡ ਦਾ ਨਾਂ ਉੱਚਾ ਕਰ ਗਿਆ, ਅੱਜ ਤੋਂ ਪਿੱਛੇ ਤੇਰੀ ਮੱਠ ਦੀ ਕੋਈ ਲਾਂਘਿਆ ਮੈਨੂੰ ਬਿਲਕੁਲ ਸੁਣ ਕੇ। ਇਤਰਾਂ ਤੋਂ ਆਵਾਜ਼ ਆਈ, ਵੈਰੀ ਮਿੱਤਰ ਸਭ ਕੀ ਤੇਰੇ ਮੰਗੇ ਮੰਦਾ। ਮੈਂ ਕਿਹਾ ਮੈਨੂੰ ਤਾਂ ਹੁਣ ਬਾਬਿਆਂ ਰੋ ਗਿਆ, ਮੈਂ ਤਾਂ ਪਰਸੋਂ ਸਵੇਰੇ ਆਵਾਂ। ਕਹਿੰਦੇ ਤੈਨੂੰ ਕੋਈ ਚਿੰਤਾ ਨਹੀਂ, ਸਾਡੇ ਬੂਹੇ ਵਿੱਚ ਲੰਘਣਾ ਸੀ, ਮੇਰੀ ਮਾਤਾ ਨੂੰ ਆਵਾਜ਼ ਮਾਰ ਕੇ, ਮੇਰੇ ਪਿਤਾ ਜੀ ਗੁਜ਼ਰ ਚੁੱਕੇ ਸਨ, ਆਵਾਜ਼ ਮਾਰ ਕੇ ਬਾਹਰ ਆਉਂਦਾ, ਉਹ ਪਰਸੋਂ ਸਵੇਰੇ ਆਏਗਾ, ਤੁਸੀਂ ਬੂਹਾ ਮਾਰ ਕੇ ਨਿਸ਼ਚਿੰਤ ਹੋ ਕੇ ਸੋ, ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਪਿਛਵਾੜੇ ਜਿਹੜੇ ਚਾਚਾ ਸੀ ਜਿਹੜੇ ਗੱਲ ਕਰਾਉਂਦਾ ਸੀ, ਉਹਨੂੰ ਬਾਹਰ ਆਵਾਜ਼ ਮਾਰ ਲਈ, ਹਾਂ ਆਪ ਜੇ ਸੁਣ ਲਾ, ਹੁਣ ਉਹਦੀ ਇੱਜ਼ਤ ਤੇਰੇ ਨੂੰ ਵਧੇ ਅਤੇ ਮੈਂ ਉਹਦੇ ਮਗਰੀ, ਉਹਦੇ ਨਾਲ ਕੋਚੀ ਨਹੀਂ ਕੀਤੀ ਅਤੇ ਮੈਂ ਪੇਸ਼ ਆਵਾਂਗੇ ਸੋਗ ਲਾ। ਇੱਕ ਬਦਮਾਸ਼ ਦੇ ਸਾਹਮਣੇ ਕੌਣ ਅੱਖ ਲੈ ਸਰ, ਮੇਰਾ ਕੁਛ ਨਹੀਂ ਲੱਗਦਾ, ਮੈਂ ਕਿਉਂ ਉਹਦੇ ਬਰਕਰਾਰ ਪਾਉਣਾ, ਕਹਿੰਦਾ ਬਸ ਫਿਰ ਉਹਦੇ ਮਗਰ ਲੱਗ ਕੇ ਚੱਲੀ। ਉਹ ਦਿਨ ਮੇਰੇ ਵਾਸਤੇ ਪਾਕਾਂ ਭਰਿਆ ਆਇਆ ਹੈ, ਉਸ ਤੋਂ ਪਿੱਛੇ ਮੈਂ ਵਾਹੀ ਵੀ ਛੱਡ ਦਿੱਤੀ ਸਭ ਕੁਛ। ਮੇਰੇ ਪਿਤਾ ਜੀ ਨੇ ਬਹੁਤ ਸਾਰਾ ਬੰਜਰ ਸੀ, ਅਸੀਂ ਪਾਸ ਕੀਤਾ ਸੀ, ਥੋੜ੍ਹਾ ਜਿਹਾ ਰਹਿ ਗਿਆ, ਕਹਿੰਦਾ ਤੇਰੇ ਵੇਖਣ ਵਾਸਤੇ ਰੱਖਿਆ, ਮੈਂ ਉਹ ਪੈਸੇ ਦੇ ਕੇ ਕਰਵਾ ਲਿਆ। ਉੱਥੇ ਬਾਗ ਲਾਇਆ, 4 ਸਾਲ ਦਾ ਬਾਗ ਸੀ ਜਦ ਛੱਡ ਕੇ ਆਇਆ, ਖੂਹ ਲਾਇਆ, ਕਿੰਨੇ ਗਰੀਬ ਸੀ, ਇੱਕ ਛੋਟਾ ਜਿਹਾ ਪਿੰਡ ਸੀ ਅਤੇ ਜਾਇਦਾਦਾਂ ਖੁੱਲ੍ਹੀਆਂ ਸਨ, ਗਰੀਬਾਂ ਸਾਰਿਆਂ ਨੇ ਸਾਗ ਤੋੜਨਾ ਅਤੇ ਮੇਰੀ ਪੈਰੀ 'ਚੋਂ, ਜਿਸ ਵੇਲੇ ਗਰਮੀ ਹਾੜੀ ਦਾ ਫਸਲ ਆਉਣਾ ਮੈਂ 3-4 ਏਕੜ ਛੋਲੇ ਮੇਰੇ ਬੀਜ ਦੇਣੇ, ਕਿਸੇ ਉਹਨਾਂ ਨੂੰ ਦਾਣੇ ਪੈਣੇ ਨੇ, ਉਹਨਾਂ ਜਾਣਾ ਚੋਰੀ ਨਹੀਂ ਮੇਰੇ ਸਾਹਮਣੇ, ਸਰਦਾਰ ਜੀ ਸਬਜ਼ੀ ਉੱਥੇ ਚੱਲ ਲੈ ਜਾਓ। ਪਹਿਲਾਂ ਕਿਸੇ ਥਾਂ 'ਤੇ ਪੜ੍ਹਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਗਰੀਬ ਦਾ ਮੂੰਹ ਗੁਰੂ ਜੀ ਖੋਲ੍ਹ ਕੇ, ਗਰੀਬ ਦੀ ਮਦਦ ਕਰੋਗੇ ਉਹ ਮੂੰਹ ਭਾਵੇਂ ਨਾ ਕਹੇ, ਉਹਦੀ ਆਤਮਾ ਤੁਹਾਡੇ ਹੱਕ ਵਿੱਚ ਸੀਸ ਦੇ ਦੇਵੇਗੀ, ਆਪ ਤੋਂ ਵੱਡੇ ਦੀ ਜਿੰਨੀ ਮਰਜ਼ੀ ਖੁਸ਼ਾਮਦ ਕਰੀ ਲਓ, ਇਹਨੂੰ ਕੋਈ ਲੋੜ ਹੋਵੇਗੀ। ਅੱਛਾ ਆਪਾਂ ਅੱਗੇ ਬਾਅਦ ਚੱਲਦੇ ਜੀ, ਮੈਨੂੰ ਵਿੱਚੇ ਹੀ ਮੇਰੇ ਮਨ 'ਚ ਆ ਗਈ ਗੱਲ ਇੱਕ, ਤੁਹਾਡੀਆਂ ਜਿਹੜੀਆਂ ਸਾਰੀਆਂ ਵਾਰਾਂ ਨੇ ਉਹ ਆਪਣਾ ਸਿੱਖਾਂ ਦਾ ਮੁਸਲਮਾਨਾਂ ਨਾਲ ਮੁਗਲਾਂ ਨਾਲ ਚੱਲਦਾ ਰਿਹਾ ਸਿਲਸਿਲਾ, ਟੈਨਸ਼ਨ ਤਣਾਓ ਜਿਹੜਾ ਸੀ, ਅਤੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਰਹਿੰਦੇ ਸਨ, ਤੁਸੀਂ ਵਾਰਾਂ ਦੇ ਇਸ ਤਰ੍ਹਾਂ ਦੀਆਂ ਗਾਉਂਦੇ ਸੀਗੇ, ਭਾਵੇਂ ਉਹਦੇ ਪਿੱਛੇ ਤਰਕ 'ਤੇ ਆਪਾਂ ਆਪਣੇ ਕੋਲ ਹੈਗਾ ਵੀ ਉਹ ਇੱਕ ਇਸ ਤਰੀਕੇ ਦੇ ਜ਼ੁਲਮ ਦੇ ਖਿਲਾਫ ਸਿੱਖ ਲੜਦੇ ਸਨ, ਵੀ ਮੁਸਲਮਾਨ ਜਾਂ ਮੁਗਲਾਂ ਦੇ ਖਿਲਾਫ ਨਹੀਂ ਸੀ ਲੜਦੇ, ਪਰ ਫਿਰ ਵੀ ਜੇ ਤੁਹਾਡੇ ਪਿੰਡ ਦੇ ਮੁਸਲਮਾਨ ਸਨ, ਉਹਨਾਂ ਦੇ ਨਾਲ ਤੁਹਾਡੀ ਰਿਲੇਸ਼ਨਸ਼ਿਪ, ਤੁਹਾਡੇ ਸੰਬੰਧ ਜਿਹੜੇ ਸੀ ਉਹ ਕਿਸ ਤਰ੍ਹਾਂ ਦੇ ਸੀ? ਸਾਰੇ ਪਿੰਡ 'ਚ ਥੋੜ੍ਹੇ ਜਿਹੇ ਜ਼ਿਮੀਂਦਾਰਾਂ ਦੇ ਘਰ ਸਨ ਜੀ, ਮੁਸਲਮਾਨ ਅਤੇ ਹਰੀਜਨ ਸਨ, ਉਹ ਸਾਡੇ ਘਰਾਂ 'ਤੇ ਪਲਦੇ ਸਨ,
ਉਹ ਮਰਦਮ ਸ਼ੁਮਾਰੀ ਵਾਲੇ ਆਏ ਕਿ ਉਹ ਮੁਸਲਮਾਨ ਨੂੰ ਕੋਈ ਨਾ ਤੇਰਾ ਮਜ਼ਹਬ ਕੀ ਆ? ਕਹਿੰਦਾ ਬਾਬਾ ਜੈਮਲ ਸੋਹਣਾ ਮਜ਼ਹਬ। ਅੱਛਾ, ਬਾਬਾ ਜੈਮਲ ਸੋਹਣਾ ਮਜ਼ਹਬ। ਕਹਿੰਦਾ ਉਹਦੀ ਥਾਂ 'ਚ ਬੈਠੇ ਹਾਂ ਖਾਂਦੇ, ਉਹਦਾ ਹਾਂ 'ਚ ਮਜ਼ਹਬ ਮੇਰਾ ਕਹਿੰਦਾ ਹੈ। ਤੋ ਸਾਰੇ ਮੁਸਲਮਾਨ ਜਿਹੜੇ ਸਨ ਉਹ ਖੁਸ਼ ਸਨ। ਅੱਛਾ, ਕਿਉਂਕਿ ਉਹ ਝਗੜੇ ਵਾਲੀ ਗੱਲ ਕੋਈ ਨਹੀਂ ਸੀ। ਇੱਕ ਵਾਰ ਉਹ ਜੋ ਮੈਂ ਛੋਟੇ ਹੀ ਸਨ ਅਤੇ ਦਸ ਅੱਠ ਦਸ ਬੈਠੇ ਨੇ ਗਰੀਬ ਮੁਸਲਮਾਨ, ਪੰਜ ਦਸ ਆਏ ਸਰਦਾਰ ਜੀ ਤੁਸੀਂ ਆਖੋ ਤਾਂ ਅਸੀਂ ਮਸੀਤ ਬਣਾ ਲਈ। ਅੱਛਾ, ਸਾਰਿਆਂ ਦੇ ਬਾਈ ਬਣਾਓ, ਉਹ ਸਾਰੇ ਜ਼ਿੰਮੇਦਾਰਾਂ ਨੇ ਉਹਦਾ ਹੀ ਦਿੱਤੀ ਹੈ ਮਸੀਤ ਬਣਾਉਣ ਵਾਸਤੇ। ਅੱਛਾ, ਠੀਕ ਹੈ। ਫਿਰ ਜਿਹੜਾ ਜੰਗ ਵਧੇਰੇ ਹੋਏ ਤਾਂ ਮੁਸਲਮਾਨਾਂ ਦਾ ਮੁੰਡਾ ਨਿੱਕੇ ਮੁੜ ਕੇ ਹਾਲਾਤ ਬਦਲ ਗਏ, ਜਿਹੜੇ ਦੁਸ਼ਮਣ ਸੋ ਮਿੱਤਰ ਬਣ ਗਏ, ਸਭ ਕੁਛ ਭਾਈ ਵੀ ਛੱਡ ਦਿੱਤੀ ਤਾਂ ਬਰਕਤ ਨਾ ਸੀ ਮੁੰਡੇ ਦਾ। ਅੱਛਾ, ਉਹਦਾ ਮਾਂ ਪਿਓ ਮੇਰੇ ਕਾਫ਼ੀ ਵੱਡੇ ਸਨ। ਅੱਛਾ, ਉਦੋਂ ਮੈਂ ਅੱਠ ਨੌ ਸਾਲ ਦਾ, ਮੈਂ ਜਾ ਕੇ ਆਵਾਜ਼ ਮਾਰਿਓ ਮੰਗੂ। ਅੱਛਾ, ਉਹਦੀ ਬਹੁਤੀ ਆਈ ਬਾਹਰ, ਮੈਂ ਕਿਹਾ ਮੰਗੂ ਕਿੱਥੇ ਆ? ਅਸੀਂ ਅਸੀਂ ਆਣ ਕੇ ਮੇਰੇ ਮੋਢੇ 'ਚ ਹੱਥ ਕਰਕੇ ਕਹਿੰਦੇ ਸਰਦਾਰ ਕਿਉਂ ਨਹੀਂ ਆਖੀ ਜਾਂਦਾ ਮੰਗੂ ਕਿੱਥੇ, ਮੈਂ ਤੇਰੇ ਪਰ ਜਾਣੀ ਹਾਂ। ਜਦੋਂ ਮੈਨੂੰ ਆਵਾਜ਼ ਮਾਰੀ ਉਹਨੇ ਕਹਿਆ ਭਾਬੀ ਫਲਾਨਾ ਕਿੱਥੇ ਆ? ਮੁੜ ਕੇ ਉਹਨਾਂ ਦਾ ਪੁੱਤਰ ਸਾਡੇ ਨਾਲ ਰਿਹਾ, ਮੈਂ ਕਿਹਾ ਭਾਬੀ ਤੂੰ ਤਾਂ ਉਹਦਾ ਨਾਂ ਖਾ ਲੈਂਦੀ ਆ, ਕਿਉਂਕਿ ਮੇਰੇ ਮਾਮੇ ਦਾ ਪੁੱਤ ਤਾਂ ਹੋਇਆ ਹੈ। ਅੱਛਾ, ਫਿਰ ਨਾਲ ਆਉਂਦੀ ਸਾਡਾ ਮੋਹਰੂ ਵੀ ਕਹਿੰਦਾ ਹੈ ਮੈਂ ਉਹਦਾ ਨਾਂ ਸੱਦ ਲੈਂਦੀ, ਉਹ ਮੇਰਾ ਨਾਂ ਨਹੀਂ ਸੱਦਦਾ। ਅੱਛਾ, ਅਜੇ ਇੱਕ ਜਣਾ ਸੱਦ ਸਕਦਾ, ਦੂਜੇ ਨੂੰ ਸੱਦ ਸਕਦਾ, ਇਹਦੇ ਮੌਲਵੀਆਂ ਦੀ ਗੱਲ। ਅਤੇ ਉਹਨਾਂ ਦਾ ਮੁੰਡਾ ਬਰਕਤ ਮੇਰੇ ਨਾਲ ਕਾਫ਼ੀ ਵੱਡੇ ਉਮਰ ਦੇ ਸਨ, ਉਹ ਮਾਲ ਡੰਗਰ ਉਹ ਚਾਰਦਾ ਸੀ। ਹੁਣ ਮੇਰੇ ਇੱਥੋਂ ਸਾਰੇ ਮੁਸਲਮਾਨ ਖੁਸ਼ੀ ਸੁਖੀ ਸਨ। ਜਦੋਂ ਹੁਣ ਪਿੰਡੋਂ ਉੱਜੜ ਕੇ ਤੁਰੇ ਹਾਂ ਵੀ ਸਾਨੂੰ ਇਤਲਾਹ ਮਿਲ ਗਈ, ਅਸੀਂ ਪਿੰਡੋਂ ਬਾਹਰ ਨਿਕਲੇ ਹਾਂ ਅਤੇ ਤਿੰਨ ਘੰਟੇ ਦੇ ਬਾਅਦ ਕਸੂਰ ਦੇ ਮੁਸਲਮਾਨ ਪਿੰਡ 'ਤੇ ਜਾ ਪਏ। ਹੁਣ ਉਹ ਹਿੰਦੂਆਂ ਦਾ ਅਧਿਕਾਰ ਇੱਕੋ ਸੀ, ਸਿੱਖ ਸਾਰੇ ਨਿਕਲ ਗਏ ਸਨ। ਸੁਣਿਆ ਕਿ ਉਹਨਾਂ ਨੇ ਮੁਸਲਮਾਨਾਂ ਨੂੰ ਕੁੱਟਿਆ ਆਣ ਕੇ, ਤੁਸੀਂ ਉੱਥੋਂ ਉਹਨਾਂ ਨੂੰ ਉੱਥੇ ਜਿਉਂਦਾ ਨਿਕਲ ਕਿਉਂ ਦਿੱਤਾ? ਅੱਛਾ, ਉਹ ਬਰਕਤ ਮੁੰਡੇ ਦਾ ਨਾਂ ਸੀ, ਉਹ ਦੋਵੇਂ ਜੀ ਮੇਲ ਅਧਮੇਲ ਟੂਰ ਤੱਕ ਗਏ ਸਨ ਤੋਰਨ, ਪਰ ਨਾਲ ਆਏ ਨਾਲ ਰੋਈ ਜਾਂਦੇ ਨੇ ਫੜ ਕੇ ਦੋਵੇਂ ਜੀ ਉਹਦੀ ਬਾਂਹ, ਸਰਦਾਰ ਇਹ ਤੀਜੇ ਸਾਲ ਦਾ ਤੇਰੇ ਘਰ ਦਾ ਖਾਂਦਾ, ਜਾਂ ਇਹਨੂੰ ਸਿੱਖ ਬਣਾ ਲਈ, ਨਾਲ ਲੈ ਜਾ ਨਾਲ ਲੈ ਜਾ। ਕਿਸੇ ਮੁਸਲਮਾਨ ਦਾ ਇਹ ਕਹਿਣਾ ਮੇਰੇ ਪੁੱਤਰ ਨੂੰ ਸਿੱਖ ਬਣਾ ਲਈ, ਜੇ ਮੇਰੇ ਤੁਹਾਨੂੰ ਦੁਖੀ ਹੁੰਦੇ ਤਾਂ ਉਹ ਮੰਨਦੇ? ਅੱਛਾ, ਉਰਲੇ ਪਾਸੇ ਕਾਲੀਆ ਸੰਗਤਰਾ ਦੋਵੇਂ ਜੁੜੇ ਹੋਏ ਪਿੰਡ ਨੇ, ਇਹ ਜਿਸ ਤਰ੍ਹਾਂ ਅਸੀਂ ਹੱਦ ਦੇ ਪਰਲੇ ਪਾਸੇ ਹਾਂ ਉਹ ਹੱਦ ਦੇ ਉਰਲੇ ਪਾਸੇ ਨੇ। ਉੱਥੇ ਸਰਦਾਰ ਦੀ ਛੋਟੀ ਭੈਣ ਸੀ ਕਾਲੀਏ, ਬਾਰਿਸ਼ਾਂ ਸ਼ੁਰੂ ਹੋ ਗਈਆਂ, ਅਸੀਂ ਚਾਰ ਪੰਜ ਦਿਨ ਉੱਥੇ ਆਣ ਕੇ ਰਹੇ, ਹੱਦ ਤੋਰਲੇ ਪਾਸੇ ਆ ਗਏ। ਹਾਂ, ਉਹ ਮੁੰਡਾ ਨਾਲ ਹੀ ਆ ਗਿਆ ਤੁਹਾਡੇ? ਉਹ ਮੁੰਡਾ ਨਾਲ ਹੀ ਸੀ। ਅੱਛਾ ਅੱਛਾ, ਉਹ ਐਡੇ ਐਡੇ ਫੰਡੇ ਬੰਨ ਲਏ ਅਤੇ ਚੁੱਕੀ ਵਾਲੀ ਪੱਗ ਬੰਨੇ, ਜੋ ਪੁੱਛੇ ਮੈਂ ਕਹਿੰਦੀ ਉਹਦਾ ਛੋਟਾ ਪੁੱਤਰ, ਮੇਰਾ ਨਾਂ ਬਰਕਤ ਸਿੰਘ। ਇੱਕ ਦਿਨ ਐਸੀ ਘਟਨਾ ਹੋਈ, ਇੱਕ ਮਾੜਾ ਜਿਹਾ ਫਕੀਰ ਮਾੜੀ ਜਿਹੀ ਟੈਰ 'ਤੇ ਚੜਿਆ ਜਾਂਦਾ ਅਤੇ ਸਿੱਖਾਂ ਦੀਆਂ ਬਾਰਾਂ ਬਾਰਾਂ ਤੇਰਾਂ ਤੇਰਾਂ ਮਾਰੀਆਂ ਮੁੰਡੀਆਂ ਨੇ ਪਰਚੀਆਂ ਮਾਰ ਕੇ ਉਹਨੂੰ ਮਾਰ ਦਿੱਤਾ, ਦੂਸਰਾ ਕੰਮ ਅਸਲਾਂ ਉਹਦੇ ਕੋਲ ਮਿਲਿਆ। ਮੇਰੇ ਮਨ 'ਤੇ ਆਈ ਵੀ ਜੇ ਪਤਾ ਲੱਗੇ ਮੁਸਲਮਾਨਾਂ ਦਾ ਮੁੰਡਾ ਇਹਨੂੰ ਕਿਸੇ ਮਾਰ ਦਿੱਤਾ ਨਾ, ਸਾਰੀ ਉਮਰ ਮੇਰੇ ਦਿਲ ਤੋਂ ਦਾਗ ਨਹੀਂ ਜਾਣਾ। ਉਹਨੂੰ ਰੋਂਦੇ ਕੁਰਾਉਂਦੇ ਉਹਨੂੰ ਘਰ ਘੱਲਿਆ ਕਿ ਕੋਈ ਸਾਡਾ ਟਿਕਾਣਾ ਮਿਲੇਗਾ, ਹੱਦੋਂ ਤੈਨੂੰ ਅੰਦਰਵਾਦ ਕਰਦੇ ਹਾਂ, ਕਹਾਂ ਪਿੰਡ 'ਚ ਚਲੇ ਜਾਣਾ, ਕੀ ਫਰਕ ਹੱਦ ਮਿਲਦੀ ਸੀ, ਫਿਰ ਬੁਲਾ ਲਵਾਂਗੇ। ਸੰਧੂ ਸਾਹਿਬ ਕੁਛ ਗੱਲਾਂ ਭੁੱਲਦੀਆਂ ਨਹੀਂ, ਮੇਰੀ ਸਕੀ ਮਾਸੀ ਦੀ ਨੂੰਹ, ਉਹ ਸਾਰਿਆਂ ਤੋਂ ਪਰਿਵਾਰ 'ਚੋਂ ਵੱਡੀ ਸੀ, ਮੇਰੀ ਮਾਂ ਬਹੁਤ ਛੋਟੀ ਸੀ, ਉਹਦੀ ਉਮਰ ਮੈਥੋਂ ਬਹੁਤ ਵੱਡੀ ਹੈ। ਜਿਸ ਵੇਲੇ ਸੀ ਉਹ ਕਾਲੀਆ ਸੰਗਤਰੇ ਬਾਰਿਸ਼ਾਂ ਗਈਆਂ, ਉਹ ਸੁਗਾਂ ਤੁਰ ਪਏ, ਉੱਥੇ ਤਾਂ ਨਹੀਂ ਸੀ ਤੇਰੇ ਨੂੰ ਰਾਹ 'ਚ ਮਿਲ ਪਈ, ਸਮਾਨ ਲੱਭਿਆ, ਆ ਗਿਆ ਵਿਆਹ, ਆਜ਼ਾਦੀ ਲੱਭੀ ਜਾਣਾ। ਅੱਛਾ, ਰੋਜ਼ਾਨਾ ਉਹਨਾਂ ਨੇ ਆਜ਼ਾਦੀ ਲੈਣੀ, ਆਜ਼ਾਦੀ ਲੈਣੀ, ਆਜ਼ਾਦੀ ਲੱਭੀ ਜਾਣਾ, ਮੈਨੂੰ ਭੁੱਲਿਆ ਨਹੀਂ। ਮੈਂ ਕਿਹਾ ਪ੍ਰਜਾ ਜੀ ਤੁਹਾਡੇ ਬੂਹੇ 'ਤੇ ਨਹੀਂ, ਉਹ ਇੰਨੇ ਔਖੇ ਨੇ, ਉਹ ਨਹਿਰ ਜਿਹੜੀ ਜਾਂਦੀ ਹੈ ਇਸ ਤਰ੍ਹਾਂ, ਉਹਨਾਂ ਪਿੰਡ ਹੈ ਉਹਦਾ ਇਹ ਕਿੰਨੀ ਪਾਸੀ ਪਾਕਿਸਤਾਨ, ਮਤਲਬ ਉਹ ਬੋਲੀ ਅਜੇ ਤੱਕ ਭੁੱਲੀ ਨਹੀਂ। ਨਹਿਰ ਉਹ ਨਹਿਰ ਇਸ ਤਰ੍ਹਾਂ ਜਾਂਦੀ ਹੈ ਨਾ ਜਿਹੜੀ, ਪਿੰਡ ਕਿਹੜਾ ਸੀ ਨਾ, ਪਿੰਡ ਦਾ ਨਾਂ ਭੁੱਲ ਗਿਆ,
ਇੰਨਾ ਪਿੰਡ ਪਾਕਿਸਤਾਨ ਵਿੱਚ ਕਰਿਆ ਹੋਇਆ, ਮੇਰੇ ਉਹਦੇ ਪਾਸੇ ਹਿੰਦੁਸਤਾਨ ਹੈ, ਉਹ ਤਿੰਨੀ ਪਾਸੇ ਉਹ ਸਾਡੇ ਨਾਲ ਔਖੇ ਨੇ। ਇਹਦੇ ਨਾਲ ਕੇ ਠੰਡ ਠੜੌੜਾ ਹੋ ਗਿਆ ਗਿਆ, ਉਸ ਭਰਜਾਈ ਦਾ ਪੁੱਤਰ ਆਇਆ, ਮੇਰਾ ਕੰਮ ਹੈ ਕਿ ਦਿੱਲੀ ਚੱਲ ਕੇ ਮੈਨੂੰ ਕਰਾ ਦਿਓ, ਮੈਂ ਹੁਣ ਫਿਰ ਵੀ ਕਰਾ ਕੇ ਸਕ ਜਾਂਦਾ। ਮਤਲਬ ਉਹਦੀ ਉਹ ਬੋਲੀ ਅਜੇ ਤੱਕ ਭੁੱਲੀ ਨਹੀਂ। ਅਖਾਣ ਪਾਉਂਦੇ ਸੀ ਵੀ ਤਲਵਾਰ ਦਾ ਫੱਟ ਮਿਲ ਜਾਂਦਾ ਹੈ ਅਤੇ ਬੋਲੀ ਦਾ ਫੱਟ ਨਹੀਂ ਮਿਲਦਾ। ਇੱਥੇ ਸ਼ਾਹਪੁਰਾ ਜਾਲ ਦੋਵੇਂ ਪਿੰਡ ਜੁੜੇ ਨੇ, ਉਦੋਂ ਉੱਥੇ ਆਉਣ ਬੈਠੇ ਤਰਨ ਤਰਨ ਦੇ ਲਾਗੇ, ਉਹਨਾਂ ਨੂੰ ਇਹ ਦਿੱਤੇ ਹੁਣ ਇਹ ਕਾਦੀ ਵੀ ਨੇ ਲਿਖਾਇਆ, ਇੱਥੋਂ ਦੇ ਲਿਖਾਇਆ ਕਰੂ ਨਾ ਕਿਤਾਬਾਂ 'ਚ। ਉਦੋਂ ਸਰਕਾਰ ਦਾ ਸੀ ਵੀ ਜਿਹੜਾ ਉਹਨਾਂ ਨੂੰ ਮੇਰੀ ਜ਼ਮੀਨ ਹੈਗੀ ਭਾਵੇਂ ਹੈਗੀ ਭਾਵੇਂ ਨਹੀਂ, ਦੋ ਦੋ ਚਾਰ ਚਾਰ ਏਕੜ ਦੇ ਕੇ ਬਿਠਾ ਦਿਓ, ਕਿਹਾ ਜਮਾਂ ਬੰਦੀਆਂ ਹੋਣਗੀਆਂ ਫਿਰ ਪਤਾ ਨੂੰ ਕੁਛ ਸੱਚੀ ਰਾਤ ਮਿੰਟ ਹਾਂਜੀ। ਉੱਥੇ ਬੈਠੇ ਉਹ ਪਿੰਡ ਵਾਲੇ ਲੋਕ ਬੜੇ ਖੁਸ਼, ਅੱਛਾ ਥੋੜ੍ਹੇ ਜਿਹੜੇ ਰਕਬਾ ਮਿਲੇ ਉਹਦੇ ਕਣਕ ਬੀਜੀ, ਮਜੈਲ ਸਾਹਿਬ ਆ ਕੇ ਵਜ਼ੀਰ ਵੀ ਇੱਥੇ ਮੈਂ ਲੋਰੀਆ ਨਹੀਂ ਰਹਿਣ ਦੇਣਾ, ਜਿਹੜੇ ਅੰਮ੍ਰਿਤਸਰੋਂ ਉਤਰ ਕੇ ਕਹਿੰਦੇ ਉਹਨਾਂ ਨੂੰ ਬਿਠਾਉਣਾ। ਉਹ ਐਡੀ ਜਿਹੀ ਕਣਕ ਉਹਨਾਂ ਨੇ ਜਿਹਨੂੰ ਨਵੇਂ ਲਾਟ ਹੋਣੇ ਜਾ ਕੇ ਹੱਲ ਉਹਦੇ 'ਤੇ ਨੰਬਰਦਾਰ ਤਾਂ ਮੈਂ ਗਿਆ, ਕਣਕ ਕਿਉਂ ਪੜਦੇ ਹੋ, ਕਣਕ ਤੁਸੀਂ ਬੀਜੀ ਸੀ? ਹਾਂ, ਸਾਨੂੰ ਲਾਟ ਹੋ ਗਈ, ਮੈਂ ਲਾਟ ਵੀ ਸੰਭਾਲ ਲਓ, ਤੁਸੀਂ ਬੀਜਣੀ ਹੈ ਬੀਜੀ ਕਿਉਂ ਪੜਦੇ? ਨੰਬਰਦਾਰਾਂ ਨੇ ਹੱਥ ਛੱਡ ਦਿਓ ਤੁਸੀਂ ਗੱਲ ਕਰੋ। ਖੈਰ ਉਹਨਾਂ ਨੇ ਹੱਲ ਰੋਕ ਕੇ ਇਹ ਕਹਿੰਦਾ ਹੈ ਉਹਨੇ ਹੀ ਤੁਹਾਨੂੰ ਜਿਹੜੇ ਬੀਜ ਅਤੇ ਜੋਤਰਿਆਂ ਦੇ ਪੈਸੇ ਵੀ ਦੇ ਦੇਣੇ, ਮੈਂ ਕਿ 100 ਏਕੜ ਛੱਡ ਕੇ ਆਇਆ। ਮੈਨੂੰ ਜੋ ਵਿਰਸੇ 'ਚ ਮਿਲੀ ਸੀ ਉਹ 85 ਏਕੜ ਸੀ, ਮੈਂ ਆਪਣੇ ਮਰੂਜ਼ ਖਰੀਦ ਲਏ ਸਨ, ਮੈਂ 100 ਏਕੜ ਪੂਰੀ ਛੱਡ ਕੇ ਪਾਕਿਸਤਾਨ 'ਚ ਆਇਆ, ਸੰਭਾਲ ਲਓ ਤੁਸੀਂ। ਨਵਾਂਦਾਰ ਕਹਿੰਦਾ ਆਪਾਂ ਤਹਿਸੀਲਦਾਰ ਕੋਲ ਚੱਲਦੇ ਹਾਂ, ਚੱਲਿਆ ਕਹਿੰਦਾ। ਹੁਣ ਉਹ ਨਾ ਤਾਂ ਬਦਨਾਮ ਸੀ ਨਾ, ਪਹਿਲਾਂ ਵੀ ਜਾਣਦੇ ਸੀ ਲੋਕ, ਉਹ ਗਏ ਉਹਨਾਂ ਇੱਥੇ ਮੇਰਾ ਕੋਈ ਚਾਰਾ ਨਹੀਂ, ਮੇਰੀ ਤਬਦੀਲੀ ਪਰਚੇ ਜੀਰੇ ਹੋ ਗਈ, ਜੀਰੇ ਆ ਜਾਓ ਸਿਟੀ ਮਿਲਾਟੀ ਬਣਾ ਦਿਆਂਗਾ, ਅਗਾਂਹ ਵੇਖੀ ਜਾਏਗੀ। ਵੱਡੀ ਭੈਣ ਦੀ ਔਲਾਦ, ਮੈਂ ਤਾਂ 6 ਸਾਲ ਛੋਟਾ ਸੀ ਮੇਰੇ ਭਣੇਵਾ, ਉਹਦੇ ਪੁੱਤਰ ਵੀ ਗਬਰੂ ਸੀ, ਅਗਲੇ ਨੇ ਆਏ ਉੱਥੇ 5-5 ਏਕੜ ਸਾਨੂੰ ਅਲਾਟ ਕਰਨ ਦਿੱਤੇ। ਮੈਂ ਉਹਨੂੰ ਭੈਣ ਦਾ ਪੁੱਤਰ ਆਖਿਰ ਪੁੱਤਰ ਹੀ ਹੈ ਨਾ ਜੀ, ਮੈਂ ਕਿਹਾ ਤੇਰੇ ਪੁੱਤਰ ਗੱਭਰੂ ਨੇ, 5-5 ਏਕੜ 'ਤੇ ਦੋਵੇਂ ਭੁੱਖੇ ਮਰਾਂਗੇ, ਜਿਵੇਂ ਕਿ ਪੂਰੀ ਨਹੀਂ ਮਿਲਦੀ 10 ਏਕੜ 'ਚੋਂ ਤੁਸੀਂ ਰੋਟੀ ਖਾਣ ਜੋਗੀ ਬਣਾ ਲਓਗੇ। ਮੈਂ ਛੱਡ ਕੇ ਇੱਥੇ ਅੰਤ ਪ੍ਰੈਸ ਲਾ ਲਿਆ, ਪ੍ਰਿੰਟਿੰਗ ਪ੍ਰੈਸ, ਕੁਝ ਗੌਰਮੈਂਟ ਤੋਂ ਕਰਜ਼ਾ ਲਿਆ, ਕੁਝ ਬਾਜ਼ਾਰ ਵਿੱਚੋਂ ਕਿਤਾਬਾਂ ਚੱਲਦੀਆਂ ਸਨ, ਕਿਤਾਬਾਂ ਦਾ ਵੀ ਬੜਾ ਹਿਸਾਬ ਵੀ, ਜਿਸ ਵੇਲੇ ਮੈਂ ਸਿੱਖ ਰਾਜ ਜਿਵੇਂ ਦੀਆਂ ਛਪਿਆ ਪਹਿਲੀ ਵਾਰ ਜਿਵੇਂ ਸਿੰਘ ਲਾਹੌਰ ਬੁੱਕ ਸ਼ਾਪ ਵਾਲਾ, ਇਹ ਮੈਨੂੰ ਬਾਜ਼ਾਰ 'ਚ ਮਿਲ ਗਿਆ ਤੌਰ, ਕਿਉਂਕਿ ਕਿਤਾਬ ਛਪ ਗਈ ਮੁੱਖ ਛਪ ਗਈ, ਉਹਦਾ ਘਰ ਘਰ ਸੌਦਾ। ਅਤੇ ਇਹਨੂੰ ਸਾਰੇ ਆਖਣਗੇ ਇਹਦੀ ਸਾਰੀ ਕਿਤਾਬ ਇੱਕ ਵਿਕ ਗਈ, ਤੂੰ ਅਗਲਾ ਪਾਤਸ਼ਾਹ, 2200 ਦਾ ਸੌਦਾ ਹੋ ਗਿਆ ਸਾਡਾ, ਉਦੋਂ ਰੁਪਏ ਦੀ ਕੀਮਤ ਸੀ। ਅਤੇ ਕਿਹੜੇ ਸਾਲਾਂ ਦੀ ਗੱਲ ਹੈ ਜੀ? ਯਾਦ ਨਹੀਂ, ਆਜ਼ਾਦੀ ਤੋਂ ਪਹਿਲਾਂ ਦੀ ਗੱਲ? ਆਜ਼ਾਦੀ ਤੋਂ ਪਹਿਲਾਂ ਤਾਂ ਸੀਤਲ ਕਿਰਨਾ ਛਾਪੀ ਸੀ ਮੈਂ, 100 ਸਫ਼ੇ ਦੀ ਕਿਤਾਬ, ਅਤੇ ਛਪਾਈ ਅਤੇ ਕਾਗਜ਼ ਦੇ ਦੋਵਾਂ ਉੱਤੇ 30 ਰੁਪਏ ਖਰਚਾ ਆਇਆ ਸੀ 1000 ਸ਼ਬਦ। ਪਰ ਉਹ ਵਿਕੀ ਵੀ ਬੜੀ ਹੈ ਜੀ, ਅਸੀਂ ਸਭ ਤੋਂ ਪਹਿਲਾਂ ਉਹ ਪੜ੍ਹਦੇ ਹੁੰਦੇ ਸੀ, ਤਾਂ ਆਖਦੀ ਹੈ ਭੈਣ ਜਰਾ ਖੈਰ ਵੀਰ ਵੇ ਸਾਡੇ ਉੱਤੇ ਪਾਪੀਆਂ ਕਮਾਇਆ ਕਹਿ, ਬੰਨ ਤੁਰੇ ਤੈਨੂੰ ਮਾਰ ਕੇ ਜ਼ੰਜੀਰ ਵੇ, ਵੇਖੇ ਕਿਤੇ ਚੇਤਰਾ ਡੁਲਾਈ ਵੀਰ ਵੇ। ਅੱਛਾ ਉਹ ਸੀਤਲ ਕਿਰਨਾਂ ਦੇ ਕਹਿੰਦੇ 1 ਲੱਖ ਤੋਂ ਉੱਤੇ ਕਾਪੀ ਉਹਦੀ ਵਿਕ ਚੁੱਕੀ ਹੁਣ ਤੱਕ, ਕੋਈ ਪਤਾ ਨਹੀਂ ਕਿੰਨੇ ਹਿਸਾਬ। ਮੇਰੇ ਖਿਆਲ ਹੈ ਕਿ ਸਿੱਖ ਰਾਜ ਕਿਵੇਂ ਗਿਆ ਜਿਹੜਾ ਹੈ ਨਾ, ਇਸ 'ਤੇ ਜਿੰਨੀ ਮੇਰੀ ਮਿਹਨਤ ਹੈ ਨਾ ਜੀ, ਫਿਰ ਉਰਦੂ ਫਾਰਸੀ ਪੰਜਾਬੀ 'ਚੋਂ ਤਾਂ ਬਹੁਤ ਘੱਟ ਮਿਲਿਆ, ਮੈਂ ਜ਼ਿਆਦਾ ਅੰਗਰੇਜ਼ੀ ਤੋਂ ਲਿਆ, ਅੰਗਰੇਜ਼ਾਂ ਦੀ ਇੱਕ ਚਾਲ ਮੈਂ ਸਮਝ ਗਿਆ ਸਾਂ, ਉਹ ਕੁਝ ਵੀ ਕਾਰਨ ਸੱਚਾਈ ਲਿਖ ਦਿੰਦੇ ਸਨ ਮਗਰ ਆਪਣੇ ਘਰ ਵਾਲੇ ਕਹਿੰਦੇ ਇਸ਼ਾਰਾ ਕਰਦੇ ਸੀ, ਮਗਰ ਇੱਕ ਉਹਦੇ ਵਿੱਚ ਨਾਂ ਉਹਦਾ ਆਉਂਦਾ ਹੈ, ਉਸ ਆਦਮੀ ਦਾ ਹੈਰਾਨ ਹਾਂ, ਉਹਨੇ ਅੰਗਰੇਜ਼ਾਂ ਦੀ ਬਰਖਲਾਫ ਵੀ ਲਿਖਿਆ ਜੋ ਕਿ ਸੱਚਾਈ ਲਿਖੀ ਹੈ, ਪਰਵਾਹ ਨਹੀਂ ਕੀਤੀ। ਉਹਨਾਂ ਲੋਕਾਂ 'ਚ ਇਹ ਵਡਿਆਈ ਹੈ ਕਿ ਉਹ ਸੱਚਾਈ ਕਹਿਣ ਵਾਲੇ ਨੂੰ
ਗੁਨਾਹਗਾਰ ਨਹੀਂ ਮੰਨਦੇ। ਸਾਡੇ ਸੱਚਾਈ ਕਹਿਣ ਵਾਲੇ ਸਭ ਤੋਂ ਵੱਡਾ ਗੁਨਾਹਗਾਰ ਹੈ। ਫਿਰ ਜੀਵਨ ਸਿੰਘ ਵੀ ਕਰਦੇ ਸੀ ਹਾਂ, 2200 ਸੌਦਾ ਹੋ 2200 ਦਾ ਸੌਦਾ ਹੋ ਗਿਆ, ਉਹ ਪਹਿਲਾਂ ਜਾਣ ਕੇ ਦੱਸ ਗਿਆ ਕਿਤਾਬ ਲੈ ਲਈ ਹੈ, ਟੋਕੀ ਕਿੰਨੇ ਕਿੰਨੇ ਕਿਸੇ ਲੈਣਾ। ਹੁਣ ਸਾਡੇ ਉੱਧਰੋਂ ਆ ਜਾਂਦੀ ਕਸੂਰ ਤੋਂ ਰੇ 9:30 ਮੈਂ ਬਾਜ਼ਾਰ 'ਚ ਪਹੁੰਚ ਜਾਂਦਾ। ਬਾਜ਼ਾਰ 'ਚ ਪਹੁੰਚਿਆ ਮੈਨੂੰ ਨਾ ਭੁੱਲ ਗਿਆ, ਉਹਨੇ ਇਸ਼ਾਰਾ ਕਰ ਲਿਆ, ਮੈਂ ਬਹਿ ਗਿਆ। ਕਹਿੰਦਾ ਜੀਵਨ ਸਿੰਘ ਨੇ ਸੌਦਾ ਹੋ ਗਿਆ, ਹੋ ਗਿਆ ਸੀ 2200 ਦਾ, 2200 ਦਾ। ਕਹਿੰਦਾ ਕੁਛ ਉਸ ਐਡਵਾਂਸ ਲਿਆ, ਮੈਂ ਨਹੀਂ। ਕੁਛ ਲਿਖ ਕੇ ਦਿੱਤਾ, ਮੈਂ ਨਹੀਂ। ਕਹਿੰਦਾ 2500 ਦਾ ਤਾਂ ਹੁਣ ਮੈਨੂੰ ਮਿਲ ਗਈ। ਮੈਂ ਕਹਿ ਗਿਆ ਯਾਰ ਤੂੰ ਮੇਰੀ ਕੀਮਤ ਬਹੁਤ ਥੋੜ੍ਹੀ ਪਾਈ, ਮੈਂ ਆਪਦੀ ਕੀਮਤ 300 ਨਹੀਂ ਮੰਨਦਾ। ਅੱਜ ਉਹਦਾ ਇਕਰਾਰ 12:30 ਦਾ ਹੈ, ਮੈਂ ਸ਼ਾਮ ਤੱਕ ਉਡੀਕਾਂਗਾ। ਜੇ ਨਾ ਆਵੇਗਾ ਤਾਂ ਫਿਰ ਨਾ ਕੋਈ ਦਾ ਸੌਦਾ ਕਰ ਲਵਾਂਗਾ, ਅੱਜ ਨਹੀਂ ਕਰਦਾ। ਜਿਹਨੇ ਕਿ ਉਹ ਨਾ ਆਵੇ ਉਹਨਾਂ 'ਚ ਨਹੀਂ, ਉਹ ਨਾ ਆਵੇ ਤਾਂ ਫਿਰ ਉਹਦੇ ਨਾਲ ਸੀ ਕਿ ਮੈਂ ਆਪਣੀ ਲੋੜ ਜੋਗੀਆਂ ਕਿਤਾਬਾਂ ਇਸੇ ਪਾਸੇ ਜਿੰਨਾ ਪਾਸੇ ਅੰਦੇਰੀਆਂ ਵਿੱਚੋਂ ਰੱਖ ਲੈਣੀਆਂ ਨੇ। ਸਟੇਜ ਦੇ ਲਈ ਆਉਂਦੇ ਸਨ, ਇੰਨਾ ਪ੍ਰਚਲਿਤ ਹੋਇਆ ਜੇ ਗੁਰਪੁਰਬ 'ਤੇ ਵੀ ਕਹਿਣਾ ਨਾ, ਪ੍ਰਬੰਧਕਾਂ ਨੇ ਕਹਿਣਾ ਜੀ ਇੱਕ ਪੌੜੀ ਕਹਿ ਲਓ ਗੁਰੂ ਮਹਾਰਾਜ ਦੇ ਮੁਤਲਕ ਜਿਹੜੇ ਗੁਰਪੁਰਬ ਹੈ, ਹਾਂ ਸਿੱਖਦਾ ਕਿਵੇਂ ਗਿਆ ਸੁਣਨਾ। ਇੰਨਾ ਪ੍ਰਚਲਿਤ ਲੋਕ ਰੋਂਦੇ ਸਨ, ਹੈ ਫਿਰ ਇਹ ਗੱਲਾਂ ਬਾਤਾਂ ਕਰਦੇ ਹਾਂ। ਉਹ ਆ ਕੇ ਮਤਲਬ ਸੌਦਾ ਹੋ ਗਿਆ, ਉਹਨੇ ਪੈਸੇ ਦਿੱਤੇ। ਜੀਵਨ ਸਿੰਘ ਆ ਗਿਆ ਉੱਥੇ, ਆਹੋ 12:00 ਆ ਗਿਆ, ਉਹਨੇ ਮੈਨੂੰ ਪੈਸੇ ਦਿੱਤੇ। ਦਫ਼ਤਰੀ ਕੋਲ ਮਾਲ ਪਿਆ ਸੀ, ਮੈਂ ਚਿੱਠ ਦੇ ਦਿੱਤੀ ਪੇਮੈਂਟ ਦੇ ਦੇ। ਮੈਂ ਕਿਹਾ ਤੇਰਾ ਗਾਹ। ਕਹਿੰਦਾ ਕੀ ਦਿੰਦਾ? ਮੈਂ ਕਿਹਾ ਆਪ ਜੀ ਗੱਲ ਕਰ ਲਓ। ਥੋੜੀ ਜੀ ਗੱਲ ਬਦਲ 300 ਕੋ ਆਇਆ ਨਾ, ਮੈਂ ਕਿਹਾ ਤੂੰ ਮੇਰੀ ਕੀਮਤ ਬੜੀ ਥੋੜੀ ਪਾਈ। ਮੈਂ ਸਮਝਣਾ ਹੈ ਕਿ ਆਦਮੀ ਜ਼ੁਬਾਨ ਦੀ ਕੀਮਤ ਹੋਣੀ ਚਾਹੀਦੀ ਹੈ, ਪੈਸੇ ਦੀ ਨਹੀਂ। ਫਿਰ ਜਿਸ ਵੇਲੇ ਪਾਕਿਸਤਾਨ ਬਣ ਗਿਆ ਆਇਆ, ਉਦੋਂ ਸਾਰਾ ਬਾਜ਼ਾਰ ਇਕੱਠਾ ਹੁੰਦਾ ਸੀ। 5000 ਕਿਤਾਬਾਂ ਪਹਿਲਾਂ ਦਾਤਾ ਸਿੰਘ ਤੀਰ ਕਹਿੰਦਾ ਸੀ ਜੀ ਮਾਈ ਸੇਵਾ ਦੇ ਬਾਜ਼ਾਰ 'ਚ ਜਾਓ ਨਾ, ਇਹ ਸਾਰਾ ਇੱਕੋ ਖਾਨਦਾਨ ਸੀ ਕਿਤਾਬਾਂ ਦਾ, ਆਹ ਆ ਕੇ ਇੱਥੇ ਰੱਖੋ। ਅੱਛਾ, ਅਤੇ ਉਹ ਕਿਉਂ ਜਿਹੜੇ ਤੁਹਾਡੇ ਬਹੁਤ ਵਿੱਚੋਂ ਨਾ ਕੱਢ ਲੈਣ, ਆਹ ਹੈ ਸੱਤ ਨਾ ਹੱਥ ਫੜ ਲਓ, ਵਿਆਹ ਕਰ ਵਾਸਤੇ ਕਿਤੇ ਦੱਸੋ ਨਾ ਕਰ ਪਾਓ। ਮੇਰੀਆਂ 5-4 ਕਿਤਾਬਾਂ ਚੰਗੀਆਂ ਪ੍ਰਚਲਿਤ ਹੋ ਗਈਆਂ, ਅਤੇ ਉਹਨਾਂ ਸਲਾਹ ਕੀਤੀ ਵੀ ਅੱਜ ਜੱਟ ਨੂੰ ਘੇਰ ਲਈ। ਅੱਛਾ, ਇਹ ਕੁਰਸੀਆਂ ਡਾਹੀਆਂ ਗਈਆਂ, ਮੈਨੂੰ ਸੱਚ ਕੇ ਬਿਠਾ ਲਿਆ ਕਿ ਆਹ ਸਾਡੀ ਗੱਲ ਮੰਨ, ਆਹ ਮੰਨ, ਆਹ ਮੰਨ। ਇੱਕ ਉਹਨੂੰ ਕਹਾ ਅਸੀਂ ਤੇਰਾ ਬਾਈਕਾਟ ਕਰ ਦਿਆਂਗੇ। ਅੱਛਾ, ਮੈਂ ਉੱਠ ਕੇ ਅਤੇ ਗਲੀ ਚੋਕ ਲਿਆਤਾ। ਮੈਂ ਕਿਹਾ ਸਿੱਖ ਤਾਂ ਹੁਣ ਤੁਹਾਡੇ ਬਰਾਬਰ ਦਾ, ਤੁਸੀਂ ਸਿੱਖ ਤਾਂ ਮੈਂ ਵੀ ਸਿੱਖ, ਜੱਟ ਵਾਧੇ ਦਾ, ਤੁਸੀਂ ਬਾਈਕਾਟ ਕਰਦੇ, ਮੈਂ 23 ਕਾਰਡ ਕਰ ਦਿਆਂਗਾ। ਅੱਗੇ ਤੁਹਾਨੂੰ ਮਹੀਨੇ ਦਾ ਉਧਾਰ ਮਿਲਦਾ, ਤੁਹਾਨੂੰ ਉਧਾਰ ਨਹੀਂ ਦਿਆਂਗਾ। ਉੱਚੀ ਸੀ ਉਹ, ਬਾਕੀ ਦੇ ਛੋਟੇ ਦੁਕਾਨਦਾਰ ਸੀ। ਉੱਥੇ ਰਾਤ ਨੂੰ ਹਰ ਸਰਾਂ 'ਚ ਰਹਿਣਾ ਪੈਂਦਾ ਸੀ, ਕਿਉਂਕਿ ਜਿਹੜੀ ਗੱਡੀ ਆਉਂਦੀ ਸੀ ਨਾ ਉਹ ਬਹੁਤ ਹਨੇਰੇ ਆਉਂਦੀ ਸੀ। ਉਹ 5-4 ਛੋਟੇ ਦੁਕਾਨਦਾਰ ਆ ਗਏ, ਗਿਆਨ ਜੀ ਸਾਡਾ ਉਹਨਾਂ ਨਾਲ ਕੋਈ ਵਾਸਤਾ ਨਹੀਂ, ਸਾਨੂੰ 1 ਮਹੀਨੇ ਦਾ ਉਧਾਰ ਮਿਲਦਾ ਰਹੇ, ਜਿੱਦਣ ਤੁਸੀਂ ਆਉਣਾ ਹੋਵੇ ਮਹੀਨੇ ਬਾਅਦ ਸਾਡੇ ਤੋਂ ਕਿਸੇ 1 ਨੂੰ ਚਿੱਠੀ ਲੈ ਜਾਇਆ ਕਰਿਓ, ਉਹਦੇ ਪੈਸੇ ਲੈ ਲਿਓ। ਮੇਰੇ ਤੋਂ ਸਗੋਂ ਜਾਦੂ ਚੱਲ ਗਿਆ। ਸਰ ਕਹਿਣ ਤੋਂ ਜੀ ਜਿਸ ਵੇਲੇ ਇੱਧਰ ਆਏ ਹਾਂ ਅਤੇ ਮੈਂ ਕਿਹਾ ਵੀ ਅੱਜ 5000 ਨਗਦ ਲੈਣਾ, ਕੁਛ ਗੌਰਮੈਂਟ ਤੋਂ ਲਿਆ ਕਰਦਾ, 5000 ਨਗਦ ਅੱਜ ਲੈਣਾ ਅਤੇ ਪ੍ਰੈਸ ਲਾ ਕੇ ਛਾਪ ਕੇ ਕਿਤਾਬਾਂ ਫੇਰ ਦੇਣੀਆਂ ਰੇਟ ਕਰਨਾ। ਉਸੇ ਆਦਮੀ ਜਿਹੜਾ ਰਹੀ 300 ਗਵਾ ਲਿਆ, ਮੈਨੂੰ 5000 ਦੇ ਦਿੱਤਾ। ਮੈਂ ਕਿਹਾ ਰਸੀਦ ਕਰਾ ਲਾ, ਮੈਂ ਤੁਹਾਨੂੰ ਕਰਾ ਲਵਾਂ। ਮੈਂ ਕਿਹਾ 300 ਤੋਂ ਬੋਲ ਲਈ, ਜੇ ਮੈਂ 300 ਬਦਲੇ 2 ਰੁਪਿਆ ਹੁੰਦਾ ਤੂੰ ਮੈਨੂੰ 5000 ਅੱਜ ਬਗੈਰ ਰਸੀਦ ਦੇ ਨਹੀਂ ਦਿੱਤਾ। ਤੁਹਾਨੂੰ ਸਭ ਕਿਸੇ ਦੇ ਸਾਹਮਣੇ ਅੱਖਾਂ ਨੀਵੀਆਂ ਨਾ ਕਰਨੀਆਂ ਪੈਣ। ਮੈਂ ਇਸ ਖਿਆਲ ਦਾ ਰਾਤ ਭੁੱਖਿਆ ਵੀ ਸੌਣਾ ਪੈ ਤਾਂ ਕੋਈ ਕੁਛ ਨਹੀਂ, ਪਰ ਇਹ ਨਾ ਚਿੰਤਾ ਹੋਈ ਭਰ ਕੇ ਫਲਾਣੇ ਨੇ ਆਉਣਾ, ਉਹਦੇ ਪੈਸੇ ਦੇਣ, ਉਹ ਕਿੱਥੋਂ ਦੇਣੇ। ਇਸ ਤਰ੍ਹਾਂ ਉਹ ਖਿਆਇਸ਼ ਕਰ। ਫਿਰ ਨਾਵਲਾਂ ਵਾਲੇ ਪਾਸੇ ਦੱਸੋ, ਫਿਰ ਉਹ ਨਾਵਲ ਲਿਖਣ ਵਾਲਾ ਕਿਵੇਂ? ਸਭ ਤੋਂ ਪਹਿਲਾਂ ਇਹ ਪਤਾ ਨਹੀਂ, ਸਭ ਤੋਂ ਪਹਿਲਾਂ ਮੈਂ ਲਿਖਿਆ ਹੈ ਮੁਲਦਾ ਮਾਸ ਪਹਿਲਾਂ ਜੀ। ਹਾਂ, ਪਹਿਲਾਂ ਨਾਟਕ ਲਿਖਿਆ ਸੀ ਤੁਸੀਂ? ਹਾਂ, ਪਹਿਲੀ ਗੱਲ ਹੈ ਵੀ
ਸੱਚ ਕਹਿਣ ਦੀ ਬੜੀ ਸਜ਼ਾ ਮਿਲੀ। ਮੇਰੇ ਮਾਮਾ ਜੀ ਦੇ ਦੋ ਲੜਕੇ ਸਨ, ਜਾਇਦਾਦ ਬੜੀ ਥੋੜ੍ਹੀ ਸੀ, ਵੱਡੇ ਨੂੰ ਵਾਹੀ ਵੀ ਚਲਾ ਰਿਹਾ, ਛੋਟਾ ਪੜ੍ਹਦਾ ਰਿਹਾ, ਉਹਨੇ ਮੈਟ੍ਰਿਕ ਕੀਤਾ ਅਤੇ ਰੇਲਵੇ 'ਚ ਉਸਨੂੰ ਨੌਕਰੀ ਮਿਲ ਗਈ, ਉਹਦਾ ਵਿਆਹ ਹੋ ਗਿਆ। ਦੂਜੇ ਨੂੰ ਜਿਹੜੀ ਜਾਇਦਾਦ ਜ਼ਮੀਨ ਕੋਲ ਨਹੀਂ ਹੁੰਦੀ, ਉਹਦਾ ਵਿਆਹ ਕਿਵੇਂ ਹੋ ਗਈ। ਬਦਕਿਸਮਤੀ ਸਾਲ ਦੇ ਬਾਅਦ ਉਸਨੂੰ ਤਬਦੀਲ ਹੋ ਗਿਆ, ਡੇਢ ਸਾਲ ਰੁੜ ਕੇ ਉਹ ਮਰਿਆ ਹੈ ਹਸਪਤਾਲਾਂ ਵਿੱਚ, ਜਿਹੜੀ ਬਾਕੀ ਜ਼ਮੀਨ ਸਾਰੀ ਉਹ ਵੀ ਕਹਿਣੀ ਪਏ। ਮੈਂ ਉਹ ਕਹਾਣੀ ਲਿਖੀ ਵੈਰੀ ਪੁੱਤਰ। ਅੱਛਾ ਜੀ, ਸਹੀ ਥਾਂ 'ਚ ਵੈਰੀ ਪੁੱਤਰ ਸੀ ਨਾ, ਹੈ ਉਹ ਮੈਂ ਉਹਦੇ ਮਾਮਾ ਜੀ ਨੂੰ ਭੇਜ ਦਿੱਤੀ। ਉਹਦੇ ਫਿਰ ਇੰਨੀਆਂ ਝਿੜਕਾਂ ਇੰਨੀਆਂ ਫਿਟਕਾਰਾਂ ਮਿਲੀਆਂ, ਦੂ ਕੌਣ ਹੋਵੇ ਮੇਰੇ ਪੁੱਤਰ ਵਾਪਸ ਇਹ ਗੱਲ ਕਹਿਣ ਦਾ। ਉਦੋਂ ਮੈਂ ਸਿੱਖਿਆ ਲਿਖੀ ਵੀ ਨਾ ਤਾਂ ਥਾਂ ਬਦਲ ਦਿਓ, ਜੋ ਕੁਛ ਵੇਖਿਆ ਅਸਲ ਵਿੱਚ ਬਾਕੀ ਲੇਖਕਾਂ ਨਾਲੋਂ ਮੈਨੂੰ ਕੁਦਰਤੀ ਸਹੂਲਤ ਵਧੇਰੇ ਆ, ਮੇਰਾ ਲੋਕਾਂ ਨਾਲ ਵਾਪ ਗਿਆ। ਜੋ ਕੁਛ ਅਸੀਂ ਅੱਖੀ ਫਿਰਦੇ ਵੇਹਨੇ ਹਾਂ ਉਹ ਕਿਤਾਬਾਂ ਅਤੇ ਤਜਰਬੇ ਦੇ ਨਿਰਣਾ ਨਹੀਂ ਹੁੰਦਾ। ਕਹਿੰਦੇ ਜੀ ਮਨਾਇਆ ਗਿਆ, ਮੈਂ ਉੱਥੇ ਇੱਕ ਝੂਠ ਵੀ ਬੜੇ ਰਜਵਾਂ ਮਾਰਿਆ ਸਾ ਜੀ, ਨਹੀਂ ਕੋਈ ਮੁਕਾਬਲਾ ਹੋਵੇ ਕਿ ਵੇਖਿਓ ਜੇ। ਉਹ ਪਹਿਲਾਂ ਤਾਂ ਜਿੱਥੇ ਸਾਡਾ ਹੈੱਡਕੁਆਰਟਰ ਸੀ ਇੱਧਰ ਗਏ, ਚਾਰ ਦਿਨ ਫਿਰ ਉੱਥੇ ਇੱਧਰ ਗਏ, ਉੱਥੇ ਫਿਰ ਉਹ ਲਾਗੇ ਇੱਕ ਬੀਬੀ ਰਹਿੰਦੀ ਸੀ, ਬਾਬਾ ਵਧੇਰੀ ਉਮਰ ਦੀ, ਸਾਡਾ ਗਾਈਡ ਸੀ ਗਿਆਨੀ ਇੰਦਰ ਸਿੰਘ। ਉਹਨੇ ਗਿਆਨੀ ਜੀ ਮੇਰਾ ਰਾਜਾ ਅਖੰਡ ਪਾਠ ਕਰਾਉਂਦਾ, ਮੈਂ ਤਾਂ ਪੈਂਦੀ ਇਹਦੇ ਵਰਗੇ ਤੁਰ ਪਾਉਂਦੀ, ਕੋਈ ਜ਼ਰੂਰ ਕਰਾਓ। ਹਾਂਜੀ ਪਰ ਮੇਰੀ ਇਹ ਵੀ ਰੀਝ ਹੈ, ਇੱਕ ਤੁਸੀਂ ਲੱਗੋ ਪਾਠੀ ਅਤੇ ਚਾਰੇ ਜੱਠੇ ਵਾਲੇ ਲੱਗਣ। ਅੱਛਾ, ਹਾਂ ਬੀਬੀ ਜੀ ਤੁਹਾਨੂੰ ਪਤਾ ਅਤੇ ਚਾਰੇ ਉਹਨੇ ਪੜ੍ਹਨੇ। ਹਾਂਜੀ ਹੈਂ ਗਾਏ ਕਾਹਦੀ ਸੀਤਲ ਵੀ ਉਹਨੇ ਪੜ੍ਹ ਰਹੇ, ਹਾਂ ਉਹਨਾਂ ਨੂੰ ਟੂੜਾ ਜਿਹੜਾ ਲਿਖਣਾ ਨਹੀਂ ਆਉਂਦਾ, ਪਹਿਲਾਂ ਤੁਸੀਂ ਉਹਨੂੰ ਸੋਚ ਖਾਂ। ਕਿਸੇ ਇੱਕ ਕਵਿਤਾ ਪੜ੍ਹਨੀ ਹੁੰਦੀ ਅਤੇ ਇੱਕ ਕਾਗਜ਼ ਹੁੰਦਾ ਹੱਥ ਵਿੱਚ, ਕਿ ਸ਼ਬਦ ਪੜ੍ਹਨਾ ਤਾਂ ਗੁਟਕਾ ਰੱਖ ਲੈਂਦੇ ਹਾਰਮੋਨੀਅਮ 'ਤੇ। ਇਹਨਾਂ ਨੂੰ 20 ਦਿਨ ਹੋ ਗਏ ਡਾਕਟਰ ਨੇ ਇਹਨਾਂ ਦੇ ਹੱਥ ਵਿੱਚ ਕਦੇ ਕੋਈ ਕਾਗਜ਼ ਕੋਈ ਕਿਤਾਬ ਵੇਖੀ। ਹਾਂਜੀ ਫਿਰ ਇਹਨਾਂ ਲਿਖੇ ਨਾ ਕਿਵੇਂ ਲਿਆ, ਹਾਂਜੀ ਇਹਨਾਂ ਦੀ ਘਰਵਾਲੀ ਬਹੁਤ ਪੜ੍ਹੀ, ਫਿਰ ਐੱਮ ਏ ਬੀ ਏ ਹੋ ਗਏ ਅਤੇ ਇਹਨਾਂ ਨੂੰ ਕੁਦਰਤੀ ਵਾਰ ਇਹ ਬੋਲੀ ਜਾਂਦੀ ਉਹ ਲਿਖੀ ਜਾਂਦੀ, ਕਿਤਾਬਾਂ ਦਾ ਕੰਮ ਸਰ ਉਹ ਕਰਦੀ। ਉਹ ਇੰਨੀ ਪੜ੍ਹੀ ਸੀ ਵੀ ਕਿਤੇ ਨੂੰ ਮਲਾਇਆ ਨੂੰ ਜਾਣਾ ਸੀ ਉਹਨੂੰ ਗੁਰਮੁਖੀ 'ਚ ਦੱਸੇ ਕਰਨੇ ਸਿਖਾਏ, ਉਹਨੂੰ ਜੱਟਾਂ ਵਿੱਚ ਕੁੜੀਆਂ ਨੂੰ ਪੜ੍ਹਾਉਂਦਾ ਕੰਮ। ਅੱਛਾ ਜੀ, ਇੱਕ ਹੋਰ ਭੇਦ ਦੀ ਗੱਲ ਸਮਝੋ ਤੁਸੀਂ, ਗੁਸਤਾਖੀ ਨਾ ਸਮਝੀ ਜਾਵੇ, ਜਿਹੜੇ ਗਾਉਣ ਵਾਲੇ ਹੁੰਦੇ ਨੇ ਉਹਨਾਂ 'ਤੇ ਜਿਵੇਂ ਤੁਸੀਂ ਅਸੀਂ ਦੇਖਦੇ ਵੀ ਰਹੇ ਤੁਹਾਨੂੰ ਕਿਵੇਂ ਲੋਕ ਤੁਹਾਡੇ ਤੋਂ ਪ੍ਰਭਾਵਿਤ ਹੁੰਦੇ ਸੀ, ਕਿਵੇਂ ਹਜ਼ਾਰਾਂ ਅੱਖਾਂ ਰੁੰਦੀਆਂ ਸੀਗੀਆਂ, ਖਾਸ ਤੌਰ 'ਤੇ ਜਿਹੜੀਆਂ ਔਰਤਾਂ ਨੇ ਉਹ ਵਧੇਰੇ ਭਾਵਿਤ ਹੁੰਦੀਆਂ ਨੇ, ਔਰ ਉਹ ਕਲਪਨਾ ਵੀ ਕਈ ਵਾਰ ਗਾਉਣ ਵਾਲੇ ਨੂੰ ਮੁਹੱਬਤ ਵੀ ਕਰਨ ਲੱਗ ਪਈ। ਬਿਲਕੁਲ ਸੱਚੀ ਗੱਲ, ਅਤੇ ਤੁਸੀਂ ਤਾਂ ਖਾਸ ਤੌਰ 'ਤੇ ਜਵਾਨ ਸੀ, ਖੂਬਸੂਰਤ ਸੀ, ਗੁਣਵਾਨ ਸੀ, ਔਰ ਤੁਹਾਡਾ ਐਡਾ ਵੱਡਾ ਨਾਂ ਸੀ, ਅਤੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਉਹਦੇ ਜ਼ਿੰਦਗੀ ਦੇ ਵਿੱਚ ਜਿਹਨੇ ਤੁਹਾਨੂੰ ਡਲਾਉਣ ਦੀ ਕੋਸ਼ਿਸ਼ ਕੀਤੀ ਹੋਵੇ? ਬਹੁਤੀਆਂ ਨਹੀਂ। ਤਾਂ ਤੁਸੀਂ ਆਪਣੇ ਆਪ 'ਤੇ ਕਾਬੂ ਕਿਵੇਂ ਰੱਖ ਸਕੇ? ਤੁਹਾਨੂੰ ਪਹਿਲੀ ਗੱਲ ਹੈ ਕਿ ਜਿੰਨਾ ਮੈਨੂੰ ਘਰ ਵਿੱਚ ਪਿਆਰ ਮਿਲਿਆ ਉਹਦਾ ਕੋਈ ਹਿਸਾਬ ਨਹੀਂ ਪਤਨੀ ਵੱਲੋਂ। ਹਾਂ ਅਤੇ ਸਾਰਿਆਂ ਤੋਂ ਵੱਡੀ ਖੂਬੀ ਜਿੰਨੀ ਉਹਨੇ ਮੇਰੀ ਮਾਂ ਦੀ ਸੇਵਾ ਕੀਤੀ ਕੋਈ ਮੁਕਾਬਲਾ ਨਹੀਂ। ਠੀਕ ਹੈ, ਲੰਘਦਾ ਰਾਹੀ ਕੋਲ ਆ ਗਿਆ ਨਾ ਬੂਹੇ ਅੱਗੇ, ਪੈਂਜੀ ਲੱਸੀ ਦਾ ਗਲਾਸ ਮਿਲ ਜਾਏਗਾ, ਆਪਣਾ ਪਹਿਲੀ ਤੋਂ ਰੋਟੀ ਦਿਖਾਉਣੀ, ਰੋਟੀ ਪਕਾ ਕੇ ਉਸੇ ਖਵਾਉਣੀ। ਮੈਂ ਸ਼ੁਰੂ ਤੋਂ ਸਲਾਹ ਕਰਨੀ ਕੀਤੀ, ਪਹਿਲਾਂ ਪੰਡਤਾਂ ਦਾ ਇਹੋ ਜਿਹਾ ਜਾਦੂ ਸੀ, ਸਿੱਖ ਕਮਾਉਣ ਵਾਲਿਆਂ ਦੇ ਘਰ ਵਿੱਚ ਵੀ ਜੋਤਾਂ ਜਲਦੀਆਂ ਸਭ ਹੁੰਦੀਆਂ। ਮੇਰੇ ਖਿਆਲ ਮੈਂ ਉਦੋਂ ਅੱਗੇ 3 ਸਾਲ ਦਾ ਵੀ ਨਹੀਂ ਹੋਵਾਂਗੇ, ਮੇਰੀ ਮਾਂ ਨੇ ਵੀ ਜੋਤ ਦਿਖਾਈ, ਮੈਂ ਕਿਹਾ ਮਾਂ ਮਾਇਆ ਰੋਟੀ ਨਹੀਂ ਖਾਣੀ, ਹਾਂਜੀ ਕਿਉਂ ਮਾਤਾ ਦੇਵੀ ਮਾਤਾ ਝੂਠੀ ਹੋ ਗਈ ਹੈ, ਮੇਰੀ ਮਾਤਾ ਨੇ ਜੋਤ ਪੁਜਾ ਦੀ, ਪੁੱਤਰ ਤੋਂ ਅੱਜ ਰੋਟੀ ਖਾ ਲਿਆ ਫਿਰ ਜੋਤ ਜੀ ਦਿਖਾਵਾਂਗੇ। ਪਿਛਲੀ ਉਮਰ ਦਾ ਇੱਕੋ ਇੱਕ ਪੁੱਤਰ ਮਾਂ ਵਾਸਤੇ ਸਭ ਤੋਂ ਵੱਡਾ ਦੇਵਤਾ ਉਹ ਹੈ, ਇਹ ਕੋਈ ਪਿਛਲੇ ਜਨਮ ਦੇ ਸੰਸਕਾਰ ਹੋ ਸਕਦੇ ਨੇ, ਜਿਹਦੇ ਨਹੀਂ ਉਹ ਜੋ ਬੱਚੇ ਨੂੰ ਕੀ ਗਿਆਨ ਹੁੰਦਾ। ਆ ਮੇਰੇ ਕੰਨ ਬਿੰਦੇ ਹੋਏ ਛੋਟੇ ਹੁੰਦੇ ਨੂੰ, ਮੈਂ ਪਿਛਲੀ ਉਮਰ ਦੀ ਔਲਾਦ ਹਾਂ ਅਤੇ ਮੇਰੀ ਮਾਂ ਨੂੰ ਆਖਣਾ ਬਜ਼ੁਰਗਾਂ ਨੇ ਥੋੜ੍ਹੇ ਜਿਹੇ ਕੇਸਾਂ 'ਚ ਥੋੜ੍ਹੇ ਜਿਹੇ ਲੇਟ ਕੱਟ ਲਏ, ਹੁਣ ਕਿਸੇ ਦਾ ਜਾਦੂ ਟੂਣਾ ਨਹੀਂ ਚੱਲਦਾ। ਮੇਰੀ ਮਾਂ ਨੇ ਕਹਿਣਾ ਮੈਂ ਇਹਦੇ ਸੁੱਕੇ ਕੇਸ ਜੂਠੇ ਨਹੀਂ ਕਰਨੇ, ਜੇ ਜਵਾਨੀ 'ਤੇ ਹੋਏ
ਮੈਨੂੰ ਇਸ ਗੱਲ ਦੀ ਸ਼ਾਂਤੀ ਹੈ ਕਿ ਮੇਰੇ ਕੇਸ ਸੁੱਚੇ ਸਾਈ ਜਾਮਨ ਨਿਊਰੋਲੋਜੀ ਕਹਿੰਦੇ ਹਨ, ਅਸੀਂ ਅੱਧੇ ਸਿਰ ਦੀ ਪੀੜ ਕਹਿੰਦੇ ਹਾਂ, ਉਸ ਨਾੜ ਦਾ ਇੱਥੇ ਮੁੱਢ ਇੱਕ ਪਾਸਾ ਘੇਰਦੀ ਹੈ, ਮੂੰਹ ਕਿਤੇ ਨਹੀਂ, ਖੂਨ ਦੀ ਬੂੰਦ ਕਿਤੇ ਜਾਂਦਿਆਂ ਅੜਕ ਜਾਏ ਉਹ ਚੰਗਿਆੜੀ ਬਣ ਜਾਂਦੀ ਹੈ, ਇੰਨੀ ਦਰਦ ਜੀ ਦਾ ਕੋਈ ਹਿਸਾਬ ਨਹੀਂ। ਅੱਛਾ, ਉਹਦਾ ਇਲਾਜ ਸਾਡੇ ਕੀ ਕਰਦੇ ਨੇ ਅਤੇ ਦਾੜੀ ਕੇਸ ਬਿਲਕੁਲ ਸਾਫ਼ ਕਰਕੇ ਜਿਹੜੀ ਇਤਲਾਹ ਪਹੁੰਚਾਉਂਦੀ ਹੈ ਨਾ ਦਿਮਾਗ ਨੂੰ, ਉਹ ਨਾੜ ਕਰਦੇ ਨੇ, ਟੈਲੀਫੋਨ ਕੱਟ ਦਿੱਤਾ ਕਰਦੇ ਕਮਰੇ। ਮੈਂ ਸਦਾ ਕਹਿਣ, ਚਾਰ ਪੰਜ ਦਿਨ ਮੈਂ ਮੂੰਹ ਨਹੀਂ ਧੋ ਸਕਿਆ, ਰੋਟੀ ਨਹੀਂ ਖਾ ਸਕਿਆ, ਪਾਣੀ ਨਹੀਂ ਕੁੱਟਿਆ। ਸਰਦਾਰ ਇੱਕ ਦਿਨ ਮੇਰੇ ਗੱਲ ਲੱਗ ਕੇ ਰੋ ਪਈ, ਮੈਂ ਮੇਰੇ ਛੋਟਾ ਲੜਕਾ ਔਰਲੈਂਡ ਸਰਜਨ ਉਸ ਵੇਲੇ ਮਿਲਾਉਣੀ ਸੀ, ਮੈਂ ਉਹਨੂੰ ਚਿੱਠੀ ਭੇਜੀ ਸੀ ਆਹ ਹਾਲਤ ਮੇਰੀ। ਕਹਿੰਦਾ ਪਿਤਾ ਜੀ ਮੈਨੂੰ ਯਕੀਨ ਹੈ ਤੁਸੀਂ ਕੇਸ ਨਹੀਂ ਕਟਾਉਣੇ, ਫਲਾਣੇ ਡਾਕਟਰ ਕੋਲ ਜਾ ਕੇ 80% ਅਲਕੋਹਲ ਦਾ ਟੀਕਾ ਕਰਾਓ, ਹੋਰ ਕੋਈ ਤਰੀਕਾ ਨਹੀਂ। ਤਾਂ ਉਹ ਜਾ ਕੇ ਕਰਾਇਆ, ਉਹ ਕਹਿੰਦਾ ਇੱਥੇ ਇਹਨੂੰ 4-5 ਵਾਰ ਸਿੰਜ ਖੁਪਾਈ, ਇਸ ਲਈ ਉਸ ਨਾਲ ਵਿੱਚ ਲੱਗੇਗੀ, ਆ ਪਾਸਾ ਸੌਂ ਜਾਏਗਾ। ਜੇ ਸੌਂ ਗਿਆ ਉਹ ਪਾਸਾ, ਮੈਂ ਕਿਹਾ ਵੀ ਠੀਕ ਹੈ, ਉਹਨੇ ਕਰ ਦਿੱਤਾ, ਮਤ ਕੇ ਤੁਰਨਾ ਪਿਆ, ਉਹਨੂੰ ਫੜ ਕੇ ਲੰਮਾ ਪਾ ਦਿੱਤਾ। ਕਹਿੰਦਾ ਜ਼ਹਿਰ ਹੈ, ਉਹਨੇ ਬੇਹੋਸ਼ ਹੋ ਕੇ ਡਿੱਗ ਪਾਓਗੇ, ਪਾਣੀ ਪਿਆ ਆ। ਇੱਕ ਕਹਿੰਦਾ ਤੁਸੀਂ ਇੱਥੋਂ ਸਿਰ ਨਹੀਂ ਸਕਦੇ। ਘੰਟੇ ਬਾਅਦ ਵੀ ਇੱਕ ਰਿਕਸ਼ਾ ਵਾਲੇ ਨੂੰ ਬੁਲਾਇਆ, ਲਿਫਾਫਾ ਪਾ ਕੇ ਮੇਰਾ ਤੇ ਰਿਕਸ਼ੇ 'ਤੇ ਬੰਨ੍ਹ ਦਿੱਤਾ।